ਸਤਿ ਸ੍ਰੀ ਅਕਾਲ ਜੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ सुरेंद्र ਸਿੰਘ ਪ੍ਰੋਗਰਾਮ ਟਾਕਿੰਗ ਪੰਜਾਬ ਦੇ ਵਿੱਚ ਸਵਾਗਤ ਕਰਦਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਕਾਫੀ ਅਹਿਮ ਹੈ ਤੇ ਇਹਦੇ ਵਿੱਚ ਜਿਹੜੀ ਮੈਂ ਗੱਲਬਾਤ ਹੁਣ ਕਰਨ ਲੱਗਾ ਉਹ ਸਿੱਖ ਦ੍ਰਿਸ਼ਟੀਕੋਣ ਤੋਂ ਖਾਸ ਕਰਕੇ ਪੰਜਾਬ ਦੀ ਧਰਾਤਲ ਜਿਹੜੀ ਉਹਨੂੰ ਲੈ ਕੇ ਕਾਫੀ ਅਹਿਮ ਹੈ ਸਾਡੇ ਲਈ ਸਾਰੇ ਲਈ ਗੁਰੂ ਨਾਨਕ ਪਾਤਸ਼ਾਹ ਜਿਹੜੇ ਸਾਡੇ ਰਹਿਬਰ ਹੋਏ ਨੇ ਤੇ ਪਹਿਲੇ ਪਾਦਸ਼ਾਹ ਨੇ ਉਹਨਾਂ ਨੇ ਇੱਕ ਵਾਰ ਮਰਦਾਨੇ ਨੂੰ ਇੱਕ ਬਹੁਤ ਕੀਮਤੀ ਹੀਰਾ ਦੇ ਕੇ ਬਾਜ਼ਾਰ ਚ ਭੇਜਿਆ ਕਿ ਭਾਈ ਮਰਦਾਨਿਆ ਇਹਨੂੰ ਵੇਚ ਕੇ ਕੋਈ ਉੱਪਰ ਕੋਈ ਜਿਹੜਾ ਤੈਨੂੰ ਭੁੱਖ ਲੱਗਦੀ ਆ ਪਾਰ-ਪਾਰ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਕਰਦੇ ਆ ਤਾਂ ਕਿ ਕੋਈ ਆਪਣਾ ਜਿਹੜਾ ਹੈ ਕੁਝ ਦਿਨ ਲੱਗ ਸਕਣ ਤਾਂ ਮਰਦਾਨਾ ਨੇ ਇੱਕ ਬਹੁਤ ਕੀਮਤੀ ਹੀਰਾ ਦੇ ਕੇ ਭੇਜਿਆ ਤਾਂ ਮਰਦਾਨਾ ਗਿਆ ਬਾਜ਼ਾਰ ਦੇ ਵਿੱਚ ਤੇ ਕੁਝ ਲੋਕਾਂ ਕੋਲ ਲੈ ਕੇ ਗਿਆ ਤੇ ਉਹਨੇ ਕਿਹਾ ਕਿ ਕੁਝ ਲੋਕਾਂ ਨੇ ਕਿਹਾ ਕਿ ਇਹਦੀ ਕੀਮਤ ਤਾਂ ਕੁਝ ਫੁੱਲੀਆਂ ਨੇ ਤੇ ਮਰਦਾਨਾ ਵਾਪਸ ਆ ਜਾਂਦਾ ਲੈ ਕੇ ਤੇ ਗਰੁੱਪ ਸਭ ਫੇਰ ਭੇਜਦੇ ਨੇ ਫੇਰ ਭੇਜਦੇ ਨੇ ਤਿੰਨ ਚਾਰ ਵਾਰ ਭੇਜਦੇ ਨੇ ਤੇ ਕੋਈ ਕੇਲੇ ਦਿੰਦਾ ਉਹਨੂੰ ਉਸ ਹੀਰੇ ਦੇ ਬਦਲੇ ਕੋਈ ਕੁਝ ਚੀਜ਼ ਦੇ ਪਰ ਉਹਦੀ ਜਿਹੜੀ ਅਸਲ ਕੀਮਤ ਹੈ ਗੁਰੂ ਸਾਹਿਬ ਜਦੋਂ ਉਹਨੂੰ ਅ ਕਈ ਵਾਰ ਗੇੜੇ ਮਾਰਨ ਤੋਂ ਬਾਅਦ ਭੇਜਦੇ ਨੇ ਤਾਂ ਅਸਲ ਦੇ ਵਿੱਚ ਜੋਰੀਆਂ ਦੇ ਕੋਲ ਜਾਂਦਾ ਜਿਹੜੇ ਜੀਓਲਰਸ ਹੁੰਦੇ ਨੇ ਤਾਂ ਉਹ ਉਸ ਨੂੰ ਉਸ ਹੀਰੇ ਦੇ ਬਦਲੇ 100 ਰੁਪਏ ਦਿੰਦੇ ਨੇ ਤੇ ਉਹ ਜਦੋਂ ਵਾਪਸ ਆਉਂਦਾ ਤਾਂ ਗੁਰੂ ਸਾਹਿਬ ਕਹਿੰਦੇ ਰਹੇ ਕਿ ਹਾ ਹੁਣ ਇਸ ਦੀ ਅਸਲੀ ਕੀਮਤ ਪਈ ਹੈ ਸੋ ਇਹ ਮਰਦਾਨੇ ਨੂੰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਇਹ ਸਮਝਾਉਣਾ ਸੀ ਜਦੋਂ ਅਸੀਂ ਪੁਰਾਤਨ ਜਨਮ ਸਾਖੀਆਂ ਦੇ ਵਿੱਚ ਅੱਜ ਅ ਗੁਰੂ ਸਾਹਿਬ ਤੇ ਵਰਦਾਨੇ ਦੀ ਵਾਰਤਾਲਾਪ ਪੜਦੇ ਆ ਤਾਂ ਸਾਨੂੰ ਇਹਦੇ ਗੁਝੇ ਭੇਤ ਸਮਝ ਆਉਂਦੇ ਨੇ ਸੋ ਸਮੇ ਸਮੇ ਤੇ ਉੱਤੇ ਸਿੱਖਾ ਨੂੰ ਹੀਰੇ ਮਿਲੇ ਅਜਿਹੇ ਪਰ ਸਿੱਖਾ ਨੇ ਕਦੇ ਉਹ ਖੇਲਿਆਂ ਦੇ ਬਦਲੇ ਵੇਚਤੇ ਕਦੇ ਫੁੱਲੀਆਂ ਦੇ ਬਦਲੇ ਵੇਚਤੇ ਅੱਜ ਫੇਰ ਇੱਕ ਹੀਰਾ ਸਾਡੇ ਸਾਹਮਣੇ ਆਇਆ ਕਿ ਜਿਹੜੀ ਜੀਓ ਪੋਲਿਟਿਕਸ ਹੈ ਖਾਸ ਕਰਕੇ ਐਸ ਵੇਲੇ ਦੱਖਣ ਏਸ਼ੀਆ ਦੀ ਉਹਦੇ ਵਿੱਚ ਸਾਡੇ ਹੱਥ ਇੱਕ ਹੀਰਾ ਲੱਗਾ ਹੁਣ ਇਹ ਅਸੀਂ ਸੋਚਣਾ ਕਿ ਉਹ ਹੀਰੇ ਨੂੰ ਅਸੀਂ ਫੁੱਲੀਆਂ ਬਦਲੇ ਵੇਚਣਾ ਜਾਂ ਕੇਲੇ ਬਦਲੇ ਸੋ ਇਹ ਸਮਾਂ ਉਹ ਹੀ ਹੈ ਸੋ ਇਹ ਹੀਰਾ ਹੈ ਕੀ ਜਾਂ ਹੀਰੇ ਦੀ ਅਸੀਂ ਹੀਰੇ ਦੀ ਗੱਲ ਕਰ ਲਈਏ ਪਹਿਲਾਂ ਅਸੀਂ ਦੇਖੀਏ ਕਿ ਲਾਲ ਸਾਗਰ ਜਿਹੜਾ ਰੈੱਡ ਸੀ ਹੈ ਉੱਥੇ ਹਾਲਾਤ ਕਾਫੀ ਤੜਾਪੂਰਨ ਨੇ ਉੱਥੋਂ ਵਪਾਰ ਹੁੰਦਾ ਦੁਨੀਆ ਦਾ ਕਾਫੀ ਵੱਡਾ ਵਪਾਰ ਹੁੰਦਾ ਉਤੋਂ ਯੂਰੋਪੀ ਮੁਲਕਾਂ ਨੂੰ ਤੇ ਹੋਰ ਅੱਗੇ ਮਿਡਲ ਈਸਟ ਨੂੰ ਉਹਦੇ ਚ ਚੀਨ ਭਾਰਤ ਪਾਕਿਸਤਾਨ ਤੇ ਹੋਰ ਜਿਹੜੇ ਪੂਰਬੀ ਏਸ਼ੀਆ ਦੇ ਮੁਲਕ ਨੇ ਦੱਖਣੀ ਏਸ਼ੀਆ ਦੇ ਮੁਲਕ ਨੇ ਉਹ ਸਿੱਧੇ ਸਬੰਧ ਰੱਖਦੇ ਨੇ ਸੋ ਕਈ ਵੱਡੇ ਮੁਲਕਾਂ ਦਾ ਜਿਹੜਾ ਵਪਾਰ ਉਹ ਲਾਲ ਸਾਗਰ ਤੇ ਰਾਹੀ ਹੁੰਦਾ ਉਥੇ ਹੈਗਾ ਹੁਣ ਹੂਤੀ ਬਾਗੀਆਂ ਦਾ ਕਬਜ਼ਾ ਹੂਤੀ ਬਾਗੀ ਨੇ ਜਿਹੜੇ ਵੱਡੇ ਪੱਦਰ ਦੇ ਉੱਤੇ ਉਹਨਾਂ ਨੇ ਤਰਥੱਲੀ ਮਚਾਈ ਹੋਈ ਹੈ ਉਥੇ ਸ਼ਿਪ ਨੇ ਉਥੋਂ ਲੰਘਣ ਨਹੀਂ ਦਿੰਦੇ ਹੈਗੇ ਉਹ ਟਕਰਾਅ ਚੱਲ ਰਿਹਾ ਸੋ ਉਹ ਉਹ ਸਥਿਤੀ ਪਣੀ ਹੋਈ ਆ ਉਸ ਸਥਿਤੀ ਨਾਲ ਨਜੀਠਾਲੀ ਹੂਤੀ ਬਾਗੀਆਂ ਦਾ ਪੱਕਾ ਇੰਤਜ਼ਾਮ ਕਈ ਮੁਲਕਾਂ ਨੂੰ ਮਿਲ ਕੇ ਕਰਨਾ ਹੀ ਪੈਣਾ ਪਰ ਉਹਦੇ ਨਾਲ ਇੱਕ ਹੋਰ ਜਿਹੜੀ ਵੱਡੀ ਵੱਡਾ ਇਲਾਕਾ ਸਟ੍ਰੇਟਸ ਆਫ ਬਲਾਕਾ ਇਹ ਇਹ ਤੁਸੀਂ ਦੇਖੋ ਇਲਾਕਾ ਆਪਣੇ ਨਕਸ਼ੇ ਦੇ ਉੱਤੇ ਦੇਖੋ ਤੁਸੀਂ ਸਟ੍ਰੇਟ ਆਫ ਬਲਾਕਾ ਜਿਹੜਾ ਹੈ ਇੰਡੋਨੇਸ਼ੀਆ ਸਿੰਗਾਪੁਰ ਬਲੈਸ਼ੀਆ ਤੇ ਬਹੁਤ ਸਾਰੇ ਟਾਪੂ ਨੇ ਉਹਨਾਂ ਦੇ ਵਿੱਚ ਇਹ ਕਿਰਿਆ ਹੋਇਆ ਸੋ ਐਥੋ ਚੀਨ ਅਤੇ ਹੋਰ ਜਿਹੜੇ ਇਹਦੇ ਆਲੇ ਦੁਆਲੇ ਮੁਲਕ ਨੇ ਭਾਵੇਂ ਜਾਪਾਨ ਜਾਂ ਹੋਰ ਮੁਲਕ ਨੇ ਉਹਨਾਂ ਦਾ 65% ਤੋਂ ਵੱਧ ਦਾ ਜਿਹੜਾ ਵਪਾਰ ਆ ਉਹ ਐਸ ਇਲਾਕੇ ਤੇ ਰਹੀ ਹੁੰਦਾ ਇਹਨਾਂ بندرگاہਾਂ ਤੋਂ ਹੁੰਦਾ ਸੋ ਇਹ ਤੇ ਆਉਣ ਦੇਣ ਵਾਲੀ ਗੱਲ ਹੈ ਕਿ ਇਹ ਜਿਹੜੇ ਮੁਲਕ ਨੇ ਇੰਡੋਨੇਸ਼ੀਆ ਮਲੇਸ਼ੀਆ ਸਿੰਗਾਪੁਰ ਜਾਂ ਇਹ ਥਾਈਲੈਂਡ ਸੁਮਾਤਰਾ ਦੇ ਜਿਹੜੇ ਟਾਪੂ ਨੇ ਇਨਾਂ ਦਾ ਵਧੇਰੇ ਕਰਕੇ ਜਿਹੜਾ ਝੁਕਾ ਉਹ ਅਮਰੀਕਾ ਪੱਖੀ ਹੈ ਵੈਸਟਰਨ ਕੰਟਰੀਜ਼ ਦੇ ਪੱਖੀ ਹੈ ਸੋ ਇਹ ਸਟ੍ਰੇਟਸ ਆਫ ਮਲਾਕਾ ਦੀਆਂ ਜਿਹੜੀਆਂ ਬੰਦਰਗਾਹਾਂ ਨੇ ਜਿਹੜਾ ਇੱਥੋਂ ਵਪਾਰ ਹੁੰਦਾ ਉਹਦੇ ਚ ਚੀਨ ਵੀ ਸ਼ਾਮਲ ਹੈ ਤੇ ਉਹ ਵਪਾਰ ਕਿਸੇ ਵੇਲੇ ਵੀ ਉਹ ਸ਼ਟਡਾਊਨ ਹੋ ਸਕਦਾ ਕਿਸੇ ਵੇਲੇ ਵੀ ਬੰਦ ਹੋ ਸਕਦਾ ਉਹ ਵਪਾਰ ਤੇ ਉਸ ਗੱਲ ਨੂੰ ਧਿਆਨ ਚ ਰੱਖਿਆ ਹੋਇਆ ਚੀਨ ਨੇ ਪਹਿਲੇ ਚੀਨ ਨੂੰ ਪਤਾ ਕਿ ਅੱਜ ਜਾਂ ਕੱਲ ਜਿਹੜੇ ਸਟ੍ਰੇਟਸ ਆਫ ਬਲਾਕਾ ਤੋਂ ਉਹਨਾਂ ਦਾ ਵਪਾਰ ਹੁੰਦਾ ਉਹ ਬੰਦ ਹੋ ਜਾਣਾ ਸੋ ਇਸ ਕਰਕੇ ਉਹਨੇ ਆਕਾਸ਼ਗਰ ਤੋਂ ਲੈ ਕੇ ਗਵਾਦਰ ਤੱਕ ਜਿਹੜਾ ਰਾਹ ਆ ਰੇਲਵੇ ਤੇ ਸੜਕੀ ਆ ਵਾਜ਼ਈ ਦਾ ਰਾਹ ਜਿਹੜਾ ਵਪਾਰਕ ਪੱਧਰ ਦੇ ਉੱਤੇ ਉਹਨੂੰ ਖੋਲਣ ਦੇ ਸੀਪੈਕ ਜਿਹਨੂੰ ਕਹਿੰਦੇ ਆ ਉਹਨੂੰ ਖੋਲਣ ਦੇ ਯਤਨ ਕੀਤੇ ਹੋਏ ਨੇ ਇਹ ਬਹੁਤ ਮਹੱਤਵਪੂਰਨ ਚੀਨ ਵਾਸਤੇ ਪਾਕਿਸਤਾਨ ਵਾਸਤੇ ਭਾਰਤ ਵਾਸਤੇ ਤੇ ਪੱਛਮੀ ਮੁਲਕਾਂ ਵਾਸਤੇ ਵੀ ਇਹ ਇੱਕ ਤਾਂ ਅਸੀਂ ਦੇਖਦੇ ਹਾਂ ਕਿ ਸਾਰਾ ਰਸਤਾ ਉਤੋਂ ਹਿੰਦ ਮਹਾਸਾਗਰ ਤੋਂ ਘੁੰਮ ਕੇ ਆਉਣਾ ਪੈਂਦਾ ਉਹਨੂੰ ਸੁਖਾਲਾ ਬਣਾਉਣ ਲਈ ਇਹ ਰਾ ਕੱਢਿਆ ਤੇ ਦੂਜਾ ਸਟ੍ਰੇਟਸ ਆਫ ਮਲਾਕਾ ਦੀਆਂ ਜਿਹੜੀਆਂ ਰੁਕਾਵਟਾਂ ਨੇ ਭਵਿੱਖ ਦੇ ਵਿੱਚ ਆਉਣ ਵਾਲੀਆਂ ਉਹ ਪਹਿਲਾਂ ਹੀ ਉਹਨਾਂ ਨੇ ਪੜੀਆਂ ਹੋਈਆਂ ਨੇ ਉਹਦੇ ਉੱਤੇ ਅਧਿਐਨ ਕੀਤਾ ਹੋਇਆ ਚੀਨ ਨੇ ਤੇ ਉਹ ਸੁਭਾਵੀ ਜਿਹੜੀ ਬਲਾਕ ਬਲਾਕੇਜ ਸਟ੍ਰੇਟਸ ਆਫ ਮਲਾਕਾ ਦੀ ਉਹਨੂੰ ਧਿਆਨ ਚ ਰੱਖ ਕੇ ਇਹਨਾਂ ਨੇ ਜਿਹੜੀ ਗਵਾਦਰ ਦੀ ਕਾਸ਼ਗਰ ਤੋਂ ਲੈ ਕੇ ਗਵਾਦਰ ਤੱਕ ਜਿਹੜੇ ਰਾਹ ਨੇ ਸੀ ਪੈਕ ਹੈ ਜਿਹੜਾ ਉਹ ਬਣਾਇਆ ਸੋ ਇਹ ਚੱਲਦਾ ਹੈ ਦੀ ਕਾਮਯਾਬੀ ਕਿੱਥੋਂ ਤੱਕ ਨਿਰਭਰ ਉਹ ਬਾਅਦ ਦੀ ਗੱਲ ਹੈ ਪਰ ਇਸ ਵੇਲੇ ਸਥਿਤੀ ਅਜੇ ਹੀ ਤਣਾਅਪੂਰਨ ਹੋਈ ਹੋਈ ਹੈ ਹੁਣ ਹੀਰੇ ਦੀ ਗੱਲ ਕਰਨ ਲੱਗੇ ਸਥਿਤੀ ਅਜੇ ਹੀ ਤਣਾਅਪੂਰਨ ਹੋਈ ਹੋਈ ਹੈ ਕਿਉਂਕਿ ਜਿਹੜਾ ਕਾਸ਼ਗਰ ਤੋਂ ਲੈ ਕੇ ਗਵਾਦਰ ਤੱਕ ਰਾਹ ਬਣਾਇਆ ਚੀਨ ਨੇ ਉਹਦੇ ਚ ਕੁਝ ਇਲਾਕਾ 200 ਮਾਈਲ ਦਾ 200 250 ਮਾਈਲ ਦਾ ਇਲਾਕਾ ਐਤਰਾ ਜਿਹੜਾ ਕਸ਼ਮੀਰ ਦੇ ਬਿਲਕੁਲ ਉੱਪਰਲੇ ਪਾਸੇ ਹੈ ਅ ਜਿਹੜਾ ਕਿ ਭਾਰਤ ਵੱਲੋਂ ਦਾਵਾ ਕੀਤਾ ਜਾਂਦਾ ਕਿ ਇਹ ਡਿਸਪਿਊਟਡ ਏਰੀਆ ਦੇ ਵਿੱਚ ਬਣਿਆ ਹੋਇਆ ਉਸ ਨੂੰ ਲੈ ਕੇ ਭਾਰਤ ਨੇ ਪਿਛਲੇ ਦਿਨੀ ਅ ਉੱਥੇ 10000 ਦੀ ਗਿਣਤੀ ਦੇ ਵਿੱਚ ਜਿਹੜੇ ਫੌਜੀ ਨੇ ਆਪਣੇ ਉ ਤਾਇਨਾਤ ਕੀਤੇ ਨੇ ਭੇਜੇ ਨੇ ਸਥਿਤੀ ਹੋਰ ਤਣਾਪੂਰਨ ਹੋ ਗਈ ਹੈ ਅਸੀਂ ਆਪਣੇ ਪਿਛਲੇ ਐਪੀਸੋਡ ਦੇ ਵਿੱਚ ਇਹਦੇ ਬਾਰੇ ਗੱਲਬਾਤ ਵੀ ਕੀਤੀ ਹੈ ਕਿ 2024 ਦੇ ਵਿੱਚ ਜਿਹੜੀ ਵੱਡੀ ਜੰਗ ਲੱਗ ਸਕਦੀ ਹੈ ਲੱਗਣੀ ਲੱਗਣੀ ਹੈ ਸੋ ਉਹ ਹੜੇ ਹਾਲਾਤ ਸਭ ਦੇ ਸਾਹਮਣੇ ਪ੍ਰਤੱਖ ਹੁੰਦੇ ਜਾ ਰਹੇ ਨੇ ਅਸੀਂ ਗੱਲ ਕੀਤੀ ਸੀ ਸੋ ਇਹ ਹਾਲਾਤ ਬਣਨ ਵੱਲ ਪਹਿਲਾ ਕਦਮ ਹੈ ਕਿ 10000 ਫੌਜੀ ਤਾਇਨਾਤ ਕਰ ਦਿੱਤੇ ਨੇ ਭਾਰਤ ਨੇ ਉਹਦਾ ਸਖਤ ਨੋਟਿਸ ਲਿਆ ਚੀਨ ਨੇ ਤੇ ਉਹ ਐਸ ਕਰਕੇ ਕਿਉਂਕਿ ਉਹ ਜਿਹੜੀ ਜਿਹੜਾ ਰਾਹ ਆ ਕਾਸ਼ਗਰ ਤੋਂ ਲੈ ਕੇ ਗਵਾਦਰ ਤੱਕ ਬਣਾਇਆ ਉਹਨਾਂ ਨੇ ਉਹ ਥੋੜਾ ਜਿਹਾ ਏਰੀਆ 200 250 ਮਾਈਲ ਦਾ ਉਹਦੇ ਚ ਅਸੀਂ ਦੇਖਦੇ ਹਾਂ ਕਿ ਉਹ ਕਾਫੀ ਥਿਨ ਪਤਲਾ ਮਹੱਤਵਪੂਰਨ ਪਰ ਉਹ ਕੁਝ ਕਿਲੋਮੀਟਰ ਦਾ ਹੀ ਯਾਰਾ ਉੱਪਰ ਰਸਤਾ ਜਿਹੜਾ ਉਹਨਾਂ ਦੇ ਕਬਜ਼ੇ ਦੇ ਵਿੱਚ ਕੁਝ ਤਾਂ ਜਿਹੜਾ ਹੈ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਚੋਂ ਤੇ ਕੁਝ ਐਕਸਾਈ ਚਿੰਨ ਜਿਹੜਾ ਚੀਨ ਦੇ ਕਬਜ਼ੇ ਵਾਲਾ ਕਸ਼ਮੀਰ ਉੱਥੇ ਬਣਾਇਆ ਹੋਇਆ ਉਹਦਾ ਉਹਦੀਆਂ ਚੈੱਕਪੋਸਟਾਂ ਨੇ ਸਾਰਾ ਜਿਹੜਾ ਹੈ ਉਹ ਤੇ ਉੱਥੇ ਜਿਹੜਾ ਹੈ ਉਹ ਉਹ ਕਾਫੀ ਪਤਲਾ ਰਸਤਾ ਉਹਨੂੰ ਬੋਟਲ ਨੈਕ ਕਹਿ ਸਕਦੇ ਆ ਜਾਂ ਅਸੀਂ ਚਿਕਨ ਨੈਕ ਕਹਿ ਸਕਦੇ ਆ ਉਹ ਕਿਸੇ ਵੇਲੇ ਵੀ ਕਟਿਆ ਜਾ ਸਕਦਾ ਸੋ ਜਿਹੜਾ ਉਹਨਾਂ ਨੇ ਬਿਲੀਅਨਸ ਆਫ ਡਾਲਰਸ ਚੀਨ ਨੇ ਉੱਥੇ ਖਰਚੇ ਨੇ ਗਵਾਦਰ ਤੱਕ ਉਹ ਪਲਾਂ ਦੇ ਵਿੱਚ ਹੀ ਮਿੱਟੀ ਹੋ ਸਕਦੇ ਨੇ ਜੇਕਰ ਭਾਰਤ ਉਸ ਰਾਹ ਨੂੰ ਨਹੀਂ ਚੱਲਣ ਦਿੰਦਾ ਜਾਂ ਉੱਥੇ ਕਬਜ਼ਾ ਕਰਦਾ ਜਾਂ ਉੱਥੇ ਅਟੈਕ ਕਰਦਾ ਜਾਂ ਉੱਥੇ ਸਥਿਤੀ ਤਣਾਅਪੂਰਨ ਰਹਿੰਦੀ ਹੈ ਤਾਂ ਫਿਰ ਵਪਾਰ ਤਾਂ ਹੋਣਾ ਹੀ ਉੱਥੇ ਸੋ ਇਹ ਗੱਲ ਸਪੱਸ਼ਟ ਹੈ ਕਿ ਉਹ ਰਾਹ ਨੂੰ ਲੈ ਕੇ ਇਹ ਜੰਗ ਲੱਗ ਸਕਦੀ ਹੈ 10000 ਤਿੰਨਤੀ ਦੇ ਵਿੱਚ ਫੌਜੀ ਉੱਥੇ ਤਾਇਨਾਤ ਕੀਤੇ ਨੇ ਹੁਣ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਲੜਾਈ ਜਿਹੜੀ ਹੈ ਇਹ ਕਾਫੀ ਵੱਖਰੀ ਤਰ੍ਹਾਂ ਦੀ ਹੋਏਗੀ ਇਸ ਵਾਰੀ ਲੜਾਈ ਵੱਖਰੀ ਤਰ੍ਹਾਂ ਦੀ ਹੋਏਗੀ ਭਾਰਤ ਵੱਲੋਂ ਜਿਹੜੀ ਫੌਜ ਹੈ ਉਸ ਸਰੀਰਕ ਰੂਪ ਦੇ ਵਿੱਚ ਫਿਜ਼ੀਕਲ ਰੂਪ ਦੇ ਵਿੱਚ ਵੱਖ-ਵੱਖ ਜਿਹੜੀਆਂ ਯੂਨਿਟਾਂ ਨੇ ਆਰਮੀ ਦੀਆਂ ਜਾਂ 에ਅਰ ਫੋਰਸ ਦੀਆਂ ਉਹ ਲੜ ਸਕਦੀਆਂ ਨੇ ਉੱਥੇ ਪਰ ਦੂਜੇ ਪਾਸੇ ਚੀਨ ਵੀ ਕੋਈ ਬਹੁਤਾ ਸੁਖਾਵੇ ਹਾਲਾਤ ਚ ਨਹੀਂ ਕਿਉਂਕਿ ਲਗਾਤਾਰ ਆਬਾਦੀ ਹੈ ਜਿਹੜੀ ਚੀਨ ਦੀ ਘਟ ਰਹੀ ਹੈ ਉਦੇ ਕੋਲ ਕਾਫੀ ਅਹਿਮ ਨੇ 3 ਸਾਲ ਤੋਂ ਲੈ ਕੇ 7 ਸਾਲ ਦੇ ਦਰਮਿਆਨ ਦਾ ਸਮਾਂ ਉਹਦੇ ਕੋਲ ਕਿਉਂਕਿ ਫੌਜੀਆਂ ਦੀ ਗਿਣਤੀ ਘਟ ਰਹੀ ਹੈ ਉਹਦੇ ਰਿਟਾਇਰ ਵੱਧ ਹੋ ਰਹੇ ਨੇ ਨਵੇਂ ਭਰਤੀ ਹੋ ਨਹੀਂ ਰਹੇ ਸੋ ਇਹ 3 ਤੋਂ 7 ਸਾਲ ਤੱਕ ਕਾਫੀ ਅਹਿਮ ਕਿਉਂਕਿ ਜੇ ਉਹ ਕਿਸੇ ਸ਼ਹਿਰ ਦੇ ਉੱਤੇ ਜਾਂ ਕਿਸੇ ਪਿੰਡ ਦੇ ਉੱਤੇ ਕਬਜ਼ਾ ਕਰਦਾ ਤਾਂ ਪਿੰਡ ਦੇ ਵਿੱਚ ਰੂਰਲ ਏਰੀਆ ਦੇ ਵਿੱਚ ਪ੍ਰਤੀ ਵਿਅਕਤੀ ਤਿੰਨ ਫੌਜੀ ਤਾਇਨਾਤ ਕਰਨੇ ਪੈਣੇ ਆ ਚੀਨ ਨੂੰ ਤੇ ਜੇ ਸ਼ਰੀਲਾ ਕਿਦੇ ਉੱਤੇ ਕਬਜ਼ਾ ਕਰਦਾ ਤਾਂ ਪ੍ਰਤੀ ਵਿਅਕਤੀ ਉਸ ਨੂੰ 6 ਵਿਅਕਤੀ ਉੱਤੇ ਜਿਹੜੇ ਹੈ ਨੇ ਉਹ ਤਾਇਨਾਤ ਕਰਨੇ ਪੈਣੇ ਸੋ ਮਹਿੰਗਾ ਸੌਦਾ ਚੀਨ ਦੇ ਲਈ ਜਿਹੜੀ ਵਾਰ ਆ ਇਹ ਉਹ ਤਕਨੀਕੀ ਤੌਰ ਦੇ ਉੱਤੇ ਲੜ ਸਕਦਾ ਤਕਨੀਕੀ ਤੌਰ ਦੇ ਉੱਤੇ ਚੀਨ ਕਾਫੀ ਅੱਗੇ ਹੈ ਭਾਰਤ ਤੋਂ ਮਸਲਨ ਉਹ ਜੀਪੀਐਸ ਸਿਸਟਮ ਬੰਦ ਕਰ ਸਕਦਾ ਸਾਈਬਰ ਵਾਰ ਕਰ ਸਕਦਾ ਇਨਫੋਰਮੇਸ਼ਨ ਟੈਕਨੋਲੋਜੀ ਆਈਟੀ ਖੇਤਰ ਦੇ ਵਿੱਚ ਕੋਈ ਵੱਡਾ ਹਮਲਾ ਕਰ ਸਕਦਾ ਇੰਡੀਆ ਦੇ ਸਾਰੇ ਕੰਪਿਊਟਰ ਉਹ ਜਾਮ ਕਰ ਸਕਦਾ ਤੇ ਇਹਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਬਿਜਲੀ ਬੰਦ ਕਰ ਸਕਦਾ ਉਹ ਬਿਜਲੀ ਦੇ ਗ੍ਰਿਡ ਬੰਦ ਕਰ ਸਕਦਾ ਬਿਜਲੀ ਦੇ ਗ੍ਰਿਡਾਂ ਤੇ ਹਮਲਾ ਕਰ ਸਕਦਾ ਜਾਂ ਉਹ ਵੱਡੇ ਵੱਡੇ ਜਿਹੜੇ ਪੁਲ ਨੇ ਭਾਰਤ ਨੇ ਬਣਾਏ ਉੱਥੋਂ ਤੱਕ ਪਹੁੰਚਣ ਲਈ ਲਾਈਫਲਾਈਨ ਹੈ ਜਿੱਥੋਂ ਰਸਦ ਪਹੁੰਚਣੀ ਆ ਜਾਂ ਹਥਿਆਰ ਤੇ ਗੋਲੀ ਸਿਕਾ ਪਹੁੰਚਣ ਉਹਨਾਂ ਨੂੰ ਤੋੜ ਸਕਦਾ ਉਹ ਸੋ ਇਹ ਗੱਲ ਜਿਹੜੀ ਹੈ ਇਹ ਕਾਫੀ ਅਹਿਮ ਤੇ ਮਹੱਤਵਪੂਰਨ ਆ ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਜਿਹੜੇ ਹੁਣ ਹਾਲਾਤ ਨੇ ਬਾਰਡਰ ਦੇ ਉੱਤੇ ਉੱਥੇ ਬਣੇ ਹੋਏ ਉਹ ਕਾਫੀ ਅਹਿਮ ਨੇ ਪਿਛਲੇ ਦਿਨੀ ਅ ਅਸੀਂ ਦੇਖਦੇ ਹਾਂ ਕਿ ਭਾਰਤ ਨੇ ਬਲਾਸਟਿਕ ਮਜ਼ਾਈਲ ਦਾ ਵੀ ਇੱਕ ਟੈਸਟ ਕੀਤਾ ਤੇ ਉਸ ਤੋਂ ਬਾਅਦ ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਅਰुणाਚਲ ਪ੍ਰਦੇਸ਼ ਦੇ ਵਿੱਚ ਗਿਆ ਤੇ ਉੱਥੇ ਉਹਨੇ ਸੇਲਾ ਟਨਲ ਜਿਹੜੀ ਕਾਫੀ ਸਟ੍ਰੈਟੈਜੀਕ ਪੁਆਇੰਟ ਆਫ 뷰 ਤੋਂ ਕਾਫੀ ਅਹਿਮ ਇੰਪੋਰਟੈਂਸ ਰੱਖਦੀ ਹੈ ਉਸ ਦਾ ਉਦਘਾਟਨ ਵੀ ਕੀਤਾ ਅਰुणाਚਲ ਪ੍ਰਦੇਸ਼ ਦੇ ਵਿੱਚ ਇਸ ਦਾ ਜਿਹੜਾ ਚੀਨ ਦਾ ਵਿਦੇਸ਼ ਵਿਭਾਗ ਹੈ ਉਸ ਨੇ ਸਖਤ ਨੋਟਿਸ ਲਿਆ ਤੇ ਉਸਨੇ ਐਸਟੀ ਨੁਕਤਾ ਜੀ ਨੇ ਵੀ ਕੀਤੀ ਹੈ ਉਹਨੇ ਕਿਹਾ ਕਿ ਭਾਰਤ ਦੋਮੁਹਾਸਾਪ ਤੇ ਇਹ ਬਿਆਨ ਕੁਝ ਹੋਰ ਦਿੰਦਾ ਤੇ ਇਹ ਕਰ ਕੁਝ ਹੋਰ ਰਿਹਾ ਸੋ ਇਹਦੇ ਨਾਲ ਹਾਲਾਤ ਤਣਾਪੂਰਨ ਹੋਏ ਨੇ ਇਹਦੇ ਨਾਲ ਹੀ ਇੱਕ ਗਲੋਬਲ ਟਾਈਮਜ਼ ਦੇ ਵਿੱਚ ਇੱਕ ਆ ਆਰਟੀਕਲ ਛਪਿਆ ਆਬਜ਼ਰਵਰ ਨੇ ਇੱਕ ਸਟੇਟਮੈਂਟ ਦਿੱਤੀ ਹੈ ਸੋ ਉਹਦੇ ਵਿੱਚ ਵੀ ਇਹ ਕਿਹਾ ਗਿਆ ਕਿ ਜਿਹੜੀ ਮਿਜ਼ਾਈਲ ਦੀ ਟੈਸਟ ਕੀਤੀ ਹੈ ਭਾਰਤ ਨੇ ਉਦੇ ਨਾਲ ਪੂਰੇ ਖੇਤੇ ਦੇ ਵਿੱਚ ਮਾਹੌਲ ਆ ਜਿਹੜਾ ਉਹ ਜੰਗ ਵਾਲਾ ਬਣ ਗਿਆ ਇਕਦਮ ਹੀ ਸੋ ਇਹ ਇੱਕ ਗੰਭੀਰ ਹ ਹਾਲਾਤ ਪੈਦਾ ਕਰਨ ਵਾਲਾ ਇੱਕ ਕਦਮ ਹੈ ਸੋ ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਭਾਰਤ ਨੂੰ ਤੇ ਇਹ ਜੇਕਰ ਸਿਆਸੀ ਤੌਰ ਦੇ ਉੱਤੇ ਉਥਲ ਪੁਥਲ ਨੂੰ ਰੋਕਣ ਦੇ ਲਈ ਭਾਰਤ ਦੇ ਵਿੱਚ ਅਜਿਹਾ ਕੀਤਾ ਗਿਆ ਤਾਂ ਇਹ ਬਿਲਕੁਲ ਵੀ ਸਾਸਗਰ ਨਹੀਂ ਹੋਏਗਾ ਇਹ ਗਲੋਬਲ ਟਾਈਮਜ਼ ਦੀ ਰਿਪੋਰਟ ਹੈ ਸੋ ਅਸੀਂ ਇੱਥੇ ਗੱਲ ਕਰ ਰਹੇ ਹਾਂ ਗਲੋਬਲ ਟਾਈਮਜ਼ ਦੀ ਇਹਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਪ੍ਰੋਬਲਮ ਦਾ ਅਸੀਂ ਸਾਰਾ ਕੁਝ ਦੇਖ ਲਿਆ ਸੋ ਜਿਹੜੇ ਤਿੰਨ ਵੱਡੇ ਮੁਲਕ ਨੇ ਪੁਰਾਣਾ ਸਿਲਕ ਰੂਟ ਜਿਹੜਾ ਉਹ ਕਿਰਗਿਸਤਾਨ ਉਜ਼ਬੇਕਿਸਤਾਨ ਤੇ ਤਾਜਿਕਸਤਾਨ ਇਹ ਜਿਹੜੇ ਇਹਨਾਂ ਦੇ ਵਿੱਚੋਂ ਲੰਘ ਕੇ ਜਾਂਦਾ ਸੋ ਪਰ ਹੁਣ ਇਹ ਨਵਾਂ ਰੂਟ ਜਿਹੜਾ ਸਿਲਕ ਰੂਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਚੀਨ ਨੇ ਸੀਪੈਗ ਇਹਦੀ ਕਾਮਯਾਬੀ ਹੈ ਜਿਹੜੀ ਇਹ ਸਾਰੀ ਇਸ ਗੱਲ ਤੇ ਉੱਤੇ ਨਿਰਭਰ ਕਰਦੀ ਹੈ ਕਿ ਐਸ ਵੇਲੇ ਜਿਹੜੇ ਹਾਲਾਤ ਨੇ ਉੱਥੋਂ ਦੇ ਉਹ ਕਿਦਰ ਨੂੰ ਕਰਵਟ ਲੈਂਦੇ ਨੇ ਊਠ ਕੀ ਕਰਵਟ ਲੈਂਦਾ ਉਹਦੇ ਤੇ ਨਿਰਭਰ ਕਰਦਾ ਹੁਣ ਅੱਗੇ ਅੱਗੇ ਅਸੀਂ ਗੱਲ ਕਰਦੇ ਆਂ ਤੇ ਨਾਲ ਹੀ ਅਸੀਂ ਇਹ ਵੀ ਦੇਖਦੇ ਆਂ ਕਿ 10000 ਫੌਜੀ ਤਾਂ ਤਾਇਨਾਤ ਕਰ ਦਿੱਤੇ ਸੋ ਚੀਨ ਦੇ ਲਈ ਇਹ ਕਾਫੀ ਮਹੱਤਵਪੂਰਨ ਇੱਕ ਉਥੇ ਭਾਰਤ ਵਾਲੇ ਪਾਸੇ ਜਿਹੜਾ ਬਾਰਡਰ ਦੇ ਉੱਤੇ ਇੱਕ ਦੌਲਤ ਬੇਗ 올ਡੀ 에어ਪੋਰਟ ਜਿਹੜਾ ਦੁਨੀਆ ਦਾ ਸਭ ਤੋਂ ਵੱਧ ਉਚਾਈ ਵਾਲਾ 에어ਪੋਰਟ ਹੈ ਹਵਾਈ ਅਟ ਹੈ ਤਾਂ ਫੌਜੀ ਹਵਾਈ ਅਟ ਪਰ ਇਹ ਇਹਦੇ ਤੋਂ ਜਿਹੜਾ ਸੀਪੈਕ ਹੈ ਉਹ ਮਹਿਜ਼ 50 ਮੀਲਾਂ ਦੀ ਦੂਰੀ ਦੇ ਉੱਤੇ ਹੈ ਸੋ ਕੁਝ ਹਾਲਾਤ ਨੇ ਜਿਹੜੇ ਉਹ ਭਾਰਤ ਦੀ ਜਿਹੜੇ ਹੈ ਨੇ ਸਪੋਰਟ ਤਾਂ ਕਰਦੇ ਨੇ ਪਰ ਉਹਦੇ 'ਚ ਮਹੱਤਵਪੂਰਨ ਤਾਂ ਇਹੀ ਹੋਏਗਾ ਕਿ ਤਕਨੀਕ ਦੇ ਤੌਰ ਦੇ ਉੱਤੇ ਕਿਹੜਾ ਮੂਲਕ ਹੈ ਜਿਹੜਾ ਉਹ ਸਮਰਾਥ ਹੈ ਇਦੇ ਨਾਲ ਹੀ ਜਿਹੜਾ ਭਾਰਤ ਦਾ ਇੱਕ ਫੌਜੀ ਮਾਹਰ ਹੈ ਪ੍ਰਵੀਨ ਸਾਨੀ ਇਹਨੇ ਸਮੇਂ-ਸਮੇਂ ਤੇ ਉਤੇ ਕਾਫੀ ਜਿਹੜੀਆਂ ਗੂੜ ਗੇਂਡ ਵਾਲੀਆਂ ਗੱਲਾਂ ਕੀਤੀਆਂ ਨੇ ਫੌਜੀ ਪਰਸਪੈਕਟਿਵ ਤੋਂ ਆਰਮੀ ਦੇ ਪਰਸਪੈਕਟਿਵ ਤੋਂ ਡਿਫੈਂਸ ਪਰਸਪੈਕਟਿਵ ਤੋਂ ਭਾਰਤ ਦੇ ਉਸਨੇ ਤਾਂ ਫੋਰਸ ਮੈਗਜ਼ੀਨ ਦੇ ਵਿੱਚ ਇੱਕ ਵੀਡੀਓ ਬਲੌਗ ਆਪਣਾ ਪਾਇਆ YouTube ਦੇ ਉਤੇ ਉਹਨੇ ਸਾਰੀ ਹਵਾ ਘਟਤੀ ਭਾਰਤ ਦੀ ਉਹਨੇ ਦੱਸਿਆ ਕਿ ਭਾਰਤ ਦੇ ਜਿਹੜੀਆਂ ਡਿਫੈਂਸ ਫੋਰਸਿਜ਼ ਨੇ ਉਹ ਬਿਲਕੁਲ ਮਿੱਟੀ ਨੇ ਉਹਨਾਂ ਦੇ ਵਿੱਚ ਕੋਈ ਇਹੋ ਜਿਹਾ ਮਤਲਬ ਮਾਰਕੇ ਦੀ ਗੱਲ ਨਹੀਂ ਹੈਗੀ ਜਿਹੜੀ ਚੀਨ ਦਾ ਮੁਕਾਬਲਾ ਕਰ ਸਕੇ ਚਾਹੇ ਉਹ ਜਿਹੜੇ ਇਲੈਕਟ੍ਰੋਨਿਕ ਉਹਨਾਂ ਤੇ ਸਿਸਟਮ ਦੇ ਇਕੁਪਮੈਂਟ ਨੇ ਭਾਵੇਂ ਉਹ ਫੌਜੀ ਹਥਿਆਰ ਨੇ ਵੈਪਲਸ ਨੇ ਉਹਨਾਂ ਦੀ ਵੀ ਗੱਲ ਕੀਤੀ ਹੈ ਉਹ ਕਿਸੇ ਵੀ ਤਰ੍ਹਾਂ ਕਹਿੰਦਾ ਵੀ ਚੀਨ ਦੇ ਨਾਲੋਂ ਵਧ ਨਹੀਂ ਹੈਗੇ ਚੀਨ ਦੇ ਬਰਾਬਰ ਵੀ ਨਹੀਂ ਹੈਗੇ ਉਹ ਉਹਨੇ ਇਹ ਉਹਦਾ ਵੀਡੀਓ ਬਲੌਗ ਆਇਆ ਜਿਹੜਾ ਉਹਦਾ ਸੁਣਨ ਵਾਲਾ ਦੇਖਣ ਵਾਲਾ ਸੋ ਇਹਦੇ ਨਾਲ ਹੀ ਅਸੀਂ ਅ ਜਿਹੜੀ ਗੱਲ ਕਰਦੇ ਹੁਣ ਅ ਡਾਇਮੰਡ ਤੇ ਆ ਜੀਏ ਹੁਣ ਹੀਰੇ ਤੇ ਆ ਜੀਏ ਕਿ ਹੀਰਾ ਤਾਂ ਸਾਨੂੰ ਥੋੜੀ ਥੋੜੀ ਸਮਝ ਲੱਗੀ ਕਿ ਹੀਰਾ ਕੀ ਹੈ ਅ ਸਿਕ ਐਂਗਲ ਤੋਂ ਜੇ ਗੱਲ ਕਰੀਏ ਨਾ ਇਸ ਦੀ ਤਾਂ ਅ ਜਨਰਲ ਜੋਰਾਵਰ ਸਿੰਘ ਨੇ ਮਹਾਰਾਜਾ ਰਜੀਤ ਸਿੰਘ ਦਾ ਜਿਹੜਾ ਅ ਸੀਗਾ ਜਨਰਲ ਅ ਮੋਰੀ ਜਨਰਲ ਹਰੀ ਸਿੰਘ ਨਲੂਆ ਦੇ ਬਰਾਬਰ ਜਿਹੜਾ ਦਮਖੰਮ ਰੱਖਦਾ ਸੀ ਉਹਨੇ ਇਹ ਇਲਾਕਾ ਜਿੱਤਿਆ ਸੀ ਸਾਰਾ ਸੋ ਉਸੇ ਇਲਾਕੇ ਦੀ ਗੱਲ ਚੱਲ ਰਹੀ ਹੈ ਸੌਰੀ ਤੇ ਇਹ ਭਾਰਤ ਦੇ ਪਰਸਪੈਕਟਿਵ ਤੋਂ ਪੰਜਾਬ ਦੇ ਪਰਸਪੈਕਟਿਵ ਤੋਂ ਸਿੱਖਾਂ ਦੇ ਪਰਸਪੈਕਟਿਵ ਤੋਂ ਪਾਕਿਸਤਾਨ ਦੇ ਤੇ ਚੀਨ ਦੇ ਇਹ ਕਾਫੀ ਮਹੱਤਵਪੂਰਨ ਇਲਾਕਾ ਸੋ ਇਹ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹ ਇਲਾਕਾ ਐਸੇ ਕਰਕੇ ਜਿੱਤਿਆ ਗਿਆ ਹੋਵੇ ਕਿਉਂਕਿ ਭਵਿੱਖ ਦਾ ਜਿਹੜਾ ਖਾਲਸਾ ਰਾਜਾ ਖਾਲਸਾ ਸਰਕਾਰ ਉਹਦੀਆਂ ਜਿਹੜੀਆਂ ਹੱਦਾਂ ਬਣੇ ਨੇ ਉਹਨਾਂ ਦੇ ਨਾਲ-ਨਾਲ ਜਿਹੜਾ ਖੁਸ਼ਹਾਲ ਭਵਿੱਖ ਤੇ ਕੋ ਮੰਤਰੀ ਪੱਧਰ ਦੇ ਉੱਤੇ ਜਿਹੜਾ ਵਪਾਰ ਆ ਉਸ ਨੂੰ ਮੁੱਖ ਰੱਖ ਕੇ ਵੀ ਇਸ ਅ ਇਲਾਕੇ ਦੇ ਉੱਤੇ ਜਨਰਲ ਜ਼ੋਰਾਵਰ ਸਿੰਘ ਨੂੰ ਦੇ ਕੇ ਫੌਜ ਭੇਜਿਆ ਸੀ ਇਸ ਨੂੰ ਆਪਣੇ ਕਬਜ਼ੇ 'ਚ ਕਰਨ ਦੇ ਲਈ ਸੋ ਇੱਥੋਂ ਗੂੜ੍ਹ ਗਿਆਨ ਦੀਆਂ ਗੱਲਾਂ ਤੇ ਉਸ ਵੇਲੇ ਦੀ ਜਿਹੀ ਜੀਓਪੋਲਿਟਿਕਸ ਦਾ ਵੀ ਗਿਆਨ ਹੁੰਦਾ ਸਾਨੂੰ ਇਹਨੂੰ ਡੀਕੋਡ ਕਰਨਾ ਪੈਂਦਾ ਕਿ ਮੌਜੂਦਾ ਹਾਲਾਤ ਨਾਲ ਪੁਰਾਣੇ ਹਾਲਾਤਾਂ ਨੂੰ ਜਦੋਂ ਅਸੀਂ ਜੋੜ ਕੇ ਦੇਖਦੇ ਹਾਂ ਨਾ ਉਸ ਸੰਬੰਧ ਦੇ ਵਿੱਚ ਅਧਿਆਨ ਕਰਦੇ ਹਾਂ ਤਾਂ ਸਾਡੀ ਸਮਝ ਵੱਧਦੀ ਹੈ ਫਿਰ ਉਸ ਵਿੱਚ ਸੋ ਇੱਕ ਜੇਮਸ ਬੇਕਰ ਹੋਏ ਨੇ ਜਾਰਜ ਡਬਲਯੂ ਪੁਸ਼ ਜਾਰਜ ਐਚ ਡਬਲਯੂ ਪੁਸ਼ ਸੀਨੀਅਰ ਉਹ ਜਦੋਂ ਪ੍ਰੈਜ਼ੀਡੈਂਟ ਸੀ ਅਮਰੀਕਾ ਦੇ ਉਹਨਾਂ ਦੇ ਸਕੱਰੇਟਰੀ ਆਫ ਸਟੇਟਸ ਹਨ ਜੇਮਸ ਬੇਕਰ ਜਦੋਂ ਯੂਗੋਸਲਾਵੀਆ ਦੀ ਟੁੱਟਪਾੜ ਹੋ ਰਹੀ ਸੀ ਇਹ 1999 ਤੋਂ ਲੈ ਕੇ 1992 ਤੱਕ 3 ਸਾਲ ਸਕੱਰੇਟਰੀ ਆਫ ਸਟੇਟ ਰਹੇ ਉਸੇ ਦੌਰਾਨ ਯੂਗੋਸਲਾਵੀਆ ਦੀ ਟੁੱਟਪਾੜ ਹੁੰਦੀ ਹੈ ਉਹਦੇ ਜੋ 3-4 ਕੰਟਰੀ ਟੁੱਟਦੇ ਨੇ ਹੁਣ ਵੀ ਕੋਸੋਵੋ ਹੁਣ ਵੀ ਲੜ ਰਿਹਾ ਹੈ ਸੋ ਵਖਰਾ ਹੋਣ ਦੇ ਇਹਨੂੰ ਬਲਕਨਾਈਜ਼ੇਸ਼ਨ ਕਹਿੰਦੇ ਨੇ ਦੇਸ਼ਾ ਦਾ ਟੁੱਟਣਾ ਤੇ ਉਹਨਾਂ ਦਾ ਵਖਰੇ ਵਖਰੇ ਹੋਣਾ ਤਿੰਨ ਚਾਰ ਟੁਕੜਿਆਂ ਦੇ ਵਿੱਚ ਜਾਂ ਦੋ ਤਿੰਨ ਟੁਕੜਿਆਂ ਤੋਂ ਵੱਧ ਟੁੱਟਣਾ ਸੋ ਉਸ ਬਲਕਨਾਈਜ਼ੇਸ਼ਨ ਦੇ ਵਿੱਚ ਕਿਸੇ ਨੇ ਅਮਰੀਕਾ ਨੂੰ ਪੁੱਛਿਆ ਤਾਂ ਸਕੱਟਰੀ ਆਫ ਸਟੇਟ ਨੇ ਜਵਾਬ ਦੇਣਾ ਸੀ ਉਹਨਾਂ ਦੇ ਰਿਮਾਰਕਸ ਨੇ ਉਸ ਵੇਲੇ ਕਾਫੀ ਵੱਡੀ ਅਹਿਮੀਅਤ ਰੱਖਦੇ ਨੇ ਉਸ ਸੁਣਨ ਵਾਲੇ ਨੇ ਉਹਨਾਂ ਦੇ ਰਿਮਾਰਕਸ ਸੀ ਕਿ ਉਹ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਅਮਰੀਕਾ ਇਸ ਬਲਕਨਾਈਜ਼ੇਸ਼ਨ ਦੇ ਵਿੱਚ ਹਿੱਸਾ ਲਏਗਾ ਜਾਂ ਇਹਦੇ ਵਿੱਚ ਅਮਰੀਕਾ ਕਿੱਥੇ ਖੜਾ ਉਹ ਕਹਿੰਦਾ ਵੀ ਡੋਟ ਹੈਵ ਅ ਡੌਗ ਇਨ ਥੈਟ ਫਾਈਟ ਵੀ ਡੋਟ ਹੈਵ ði ਡੌਗ ਇਨ ਥੈਟ ਫਾਈਟ ਉਹ ਕਹਿੰਦਾ ਸਾਡਾ ਕੁੱਤਾ ਨਹੀਂ ਹੈਗਾ ਉਸ ਲੜਾਈ ਦੇ ਵਿੱਚ ਇਹ ਕਾਫੀ ਮਹੱਤਵਪੂਰਨ ਗੱਲ ਹੈ ਹੁਣ ਇਸ ਗੱਲ ਨੂੰ ਜੇ ਅਸੀਂ ਇਸ ਜੀਓਪੋਲਿਟਿਕਸ ਦਾ ਜਿਹੜਾ ਅਹਿਮ ਜਿਹੜਾ ਅ ਸ਼ਬਦ ਕੁੱਤਾ ਸਟਕ ਕੁੱਤਾ ਨਹੀਂ ਹੈਗਾ ਉਸ ਲੜਾਈ ਦੇ ਵਿੱਚ ਇਹ ਕਾਫੀ ਅਹਿਮ ਹੈ ਇਹਨੂੰ ਸਮਝਣ ਦੀ ਗੱਲ ਹੈ ਜਦੋਂ 나ਦਰ ਸ਼ਾਹ ਦੇ ਹਮਲੇ ਹੁੰਦੇ ਨੇ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਹੁੰਦੇ ਨੇ ਪੰਜਾਬ ਦੇ ਉੱਤੇ ਹਿੰਦੁਸਤਾਨ ਦੇ ਉੱਤੇ ਤਾਂ ਇਹ ਗੱਲ ਸਾਡੇ ਸਮਝ ਆ ਜਾਂਦੀ ਹੈ ਮੈਂ ਉਹਦੇ ਨਾਲ ਜੋੜ ਕੇ ਦੇਖਦਾ ਇਸ ਗੱਲ ਨੂੰ ਉਹ ਥੋੜੀ ਅ ਡੂੰਘਾਈ ਨਾਲ ਖੋਜ ਵੀ ਕਰੀਏ ਤਾਂ ਇਹ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ ਸੋ ਇਹ ਕੁੱਤਾ ਇਹ ਜਦੋਂ ਰਤਨ ਸਿੰਘ ਭੰਗੂ ਦਾ ਪੜ੍ਹੀ ਹੈ ਨਾ ਪੰਥ ਪ੍ਰਕਾਸ਼ ਉਹਦੇ ਚ ਗੱਲ ਆਉਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖਾਂ ਨੇ ਕਿਹਾ ਸੀ ਕਿ ਮਹਾਰਾਜ ਸਾਡੇ ਕੋਲ ਤਾਂ ਮਤਲਬ ਬਹੁਤ ਘੱਟ ਸਿੰਘ ਨੇ ਤੇ ਦੂਜੇ ਪਾਸੇ ਇੰਨੀ ਵੱਡੀ ਫੌਜ ਹੈ ਮੁਗਲਾਂ ਦੀ ਇੰਨੀਆਂ ਉਹਨਾਂ ਕੋਲ ਤੋਪਾਂ ਨੇ ਘੋੜੇ ਨੇ ਹਾਥੀ ਨੇ ਐਨੇ ਉਹਨਾਂ ਦੇ ਫੌਜੀ ਨੇ ਉਹਨਾਂ ਕੋਲ ਤੇ ਅਸੀਂ ਕਿਵੇਂ ਮੁਕਾਬਲਾ ਕਰਾਂਗੇ ਉਹਨਾਂ ਦਾ ਸਾਡੇ ਪੱਲੇ ਪਾਓ ਕੁਝ ਸਾਨੂੰ ਦੱਸੋ ਕੁਝ ਦਾ ਗੁਰੂ ਸਾਹਿਬ ਨੇ ਉਦੋਂ ਕਿਹਾ ਸੀ ਇਹ ਇਹ ਵਰਡ ਹੁਣ ਰਤਨ ਸਿੰਘ ਭੰਗੂ ਦੀ ਕਿਤਾਬ ਚ ਮਿਲਦਾ ਜਿਹੜਾ ਜੇਮਸ ਬੇਕਰ ਨੇ ਵਰਤਿਆ ਨਾ ਕੁੱਤਾ ਸ਼ਬਦ ਇਹ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਦੇ ਵਿੱਚ ਤੁਹਾਨੂੰ ਮਿਲ ਜਾਊਗਾ ਤਾਂ ਗੁਰੂ ਸਾਹਿਬ ਨੇ ਕੀ ਕਿਹਾ ਸੀ ਉਹ ਕਹਿੰਦੇ ਸੀ ਕਾਬਲ ਤੇ ਕੁੱਤਾ ਮੰਗਵਾਉ ਉਨਤੇ ਇਨਕਾ ਨਾਸ ਕਰਾਉ ਕਾਬਲ ਤੇ ਕੁੱਤਾ ਮੰਗਵਾਉ ਉਨਤੇ ਇਨਕਾ ਨਾਸ ਕਰਾਉ ਸੋ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ ਸਿੰਘਾਂ ਨੂੰ ਸੋ ਗੁਰੂ ਸਾਹਿਬ ਇਹ ਗੱਲ ਦੇਖ ਰਹੇ ਸੀ ਕਿ ਅੱਜ ਮੁਗਲ ਭਾਰੂ ਨੇ ਮੁਗਲਾਂ ਦੀ ਚੜ੍ਹਤ ਤੇ 30 35 ਉਹਨਾਂ ਨੇ ਵੀ ਜੀਓ ਪੋਲਿਟਿਕਸ ਕਿਉਂਕਿ ਵਿਦਵਾਨ ਸਨ ਗੁਰੂ ਸਾਹਿਬ ਬਹੁਤ ਵੱਡੇ ਉਹਨਾਂ ਨੇ ਕਈ ਮੁਲਕਾਂ ਦੀ ਜੀਓ ਪੋਲਿਟਿਕਸ ਕਈ ਮੁਲਕਾਂ ਦਾ ਸਾਹਿਤ ਲਿਟਰੇਚਰ ਉਹਨਾਂ ਨੇ ਉਹਦਾ ਅਧਿਐਨ ਕੀਤਾ ਹਾਲਾਤ ਉਸ ਵੇਲੇ ਬਣ ਗਏ ਸੀ ਕਿ ਹੁਣ ਤੋਂ 30 35 ਸਾਲ ਬਾਅਦ ਵੀ ਜਿਹੜੇ ਪਠਾਨ ਤਾਕਤਵਰ ਹੋ ਰਹੇ ਨੇ ਉਹ ਭਾਰਤ ਦੇ ਉੱਤੇ ਹਿੰਦੂਸਤਾਨ ਦੇ ਉੱਤੇ ਹਮਲਾ ਕਰਨਗੇ ਕਰਨਗੇ ਸੋ ਉਹਨਾਂ ਨੇ ਉਹਦੋਂ ਕਿਹਾ ਸੀ ਕਿ ਕਾਬਲ ਤੋਂ ਕੁੱਤਾ ਭਗਾਵਾਂਗੇ ਤੇ ਉਹ ਨਾਸ ਕਰੂਗਾ ਇਹਨਾਂ ਦਾ ਤੇ ਉਹ ਹਾਲਾਤ ਬਣੇ 85 ਸਾਲ ਸਿੰਘਾਂ ਨੇ ਰਾਜ ਕੀਤਾ 1762 62 ਦੇ ਵਿੱਚ ਵੱਡਾ ਕਲੂਕਾ ਰਹ ਹੁੰਦਾ ਤੇ ਇੱਕ ਦੋ ਸਾਲ ਦੇ ਅੰਦਰ ਅੰਦਰ ਹੀ ਮਿਸਲਾਂ ਦਾ ਰਾਜ ਕਾਇਮ ਹੋ ਗਿਆ ਸੀ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਅ ਅਹਿਮਦ ਸ਼ਾਹ ਅਬਦਾਲੀ ਨੂੰ ਹਰਾਇਆ ਹੀ ਨਹੀਂ ਉਹਨਾਂ ਨੂੰ ਕਿੱਕ ਆਊਟ ਕਰਤਾ ਸੀ ਪੰਜਾਬ ਤੋਂ ਬਾਹਰ ਭਜਾਤਾ ਸੀ ਤੇ ਪੰਜਾਬ ਦੇ ਉੱਤੇ ਸਿੱਖ ਮਿਸਲਾਂ ਦਾ ਰਾਜ ਹੋ ਗਿਆ ਸੀ ਸੋ ਇਹ ਹੀਰੇ ਦੀ ਗੱਲ ਹੈ ਇਹ ਇਹਦੇ ਚ ਹੁਣ ਜਿਹੜੀ ਇਹ ਲੜਾਈ ਹੋਣੀ ਹੈ ਅ 10ਵੇਂ ਪਾਤਸ਼ਾਹ ਨੇ ਮਤਲਬ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿਰ ਝੁਕਦਾ ਉਹਨਾਂ ਦੀ ਸਰਬੰਸਤਾ ਵਾਰਈ ਵਾਰਿਆ ਉਹ ਹੋਰ ਸਾਨੂੰ ਬਹੁਤ ਕੁਝ ਦੱਸ ਕੇ ਗਏ ਨੇ ਹੋਰ ਸਾਨੂੰ ਬਹੁਤ ਕੁਝ ਦੇ ਕੇ ਗਏ ਨੇ ਮੌਜੂਦਾ ਹਾਲਾਤ ਦੇ ਸੰਦਰਭ ਦੇ ਵਿੱਚ ਜਿਹੜੀ ਇਹ ਗੱਲ ਹੈ ਉਹਨਾਂ ਦੀ ਇਹ ਕਾਫੀ ਫਿੱਟ ਪੈਟਦੀ ਹੈ ਸਾਨੂੰ ਤੇ ਇਹ ਕੁੱਤਾ ਹੁਣ ਇਸ ਵੇਲੇ ਚੇਨ ਹੋ ਸਕਦਾ ਸਾਡੇ ਲਈ ਵੀ ਚੇਨ ਤੋਂ ਹੁਣ ਕੁੱਤਾ ਆਊਗਾ ਤੇ ਉਹਦੇ ਤੋਂ ਅਸੀਂ ਨਾਸ ਕਰਾਵਾਂਗੇ ਇਹਦਾ ਇਹ ਹੀਰਾ ਇਹ ਕੇਲਿਆਂ ਦੇ ਬਦਲੇ ਨਹੀਂ ਵੇਚਣਾ ਹੈਗਾ ਇਹ ਇਹਦੀ ਸਹੀ ਕੀਮਤ ਕਿਵੇਂ ਮਿਲੂਗੀ ਸਹੀ ਕੀਮਤ ਐ ਐਵੇਂ ਹੀ ਮਿਲੂਗੀ ਕਿ ਅਸੀਂ ਜਿਹੜਾ ਹੈ ਕਿ ਇਸ ਸਬੰਧ ਦੇ ਵਿੱਚ ਸਾਨੂੰ ਇਸ ਲੜਾਈ 'ਚ ਸਿੱਖਾਂ ਨੂੰ ਨਹੀਂ ਆਉਣਾ ਚਾਹੀਦਾ ਇਹਦੇ 'ਚ ਭਲਾਈ ਹੈ ਸਾਡੀ ਸਿੱਖਾਂ ਦੀ ਇਹਦੇ 'ਚ ਟੰਗ ਨਹੀਂ ਅਡਾਉਣੀ ਚਾਹੀਦੀ ਕਿ ਹਾਂ ਜੀ ਸਾਡੇ ਦੇਸ਼ ਤੇ ਜੇ ਕੋਈ ਅੱਖ ਰੱਖੂਗਾ ਤਾਂ ਅਸੀਂ ਉਹਨੂੰ ਐ ਕਰਦਾਂਗੇ ਉਹ ਕਰਦਾਂਗੇ ਜਿਵੇਂ 1971 ਚ 1971 ਦੀ ਲੜਾਈ ਹੋਈ ਚੀਨ ਨੇ ਕੀ ਕਰਨ ਚੀਨ ਚੀਨ ਪੁਲ ਤੋੜੂਗਾ ਜਿਹੜੇ ਮੇਨ ਨੇ ਲਾਈਫਲਾਈਨ ਨੇ ਭਾਰਤ ਦੀ ਸਰਹੱਦਾ ਵੱਲ ਨੂੰ ਜਾਂਦੇ ਜਾਂਦੇ ਨੇ ਰਸਤੇ ਜਿਹੜੇ ਉਹਨਾਂ ਤੇ ਤਾਂ ਕਿ ਉੱਥੇ ਰਸਦਨਾ ਪਹੁੰਚ ਸਕੇ ਫਿਰ ਕੀ ਹੁੰਦਾ ਕਿ ਲੋਕਲ ਜਿਹੜੇ ਲੋਕ ਹੁੰਦੇ ਨੇ ਉਥੋਂ ਦੀ ਫੌਜ ਦੀ ਮਦਦ ਕਰਦੇ ਨੇ ਲੋਕਲ ਲੋਕਾਂ ਦੇ ਉੱਤੇ ਹੁੰਦਾ ਜਿਵੇਂ 1971 ਚ ਹੋਇਆ ਸੀ ਜਿਹੜੇ ਜਿਹੜੇ ਜਾਣਦੇ ਨੇ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਕਿ ਉਹ ਪਿੰਡਾਂ ਜੋ ਉਹਨਾਂ ਨੇ ਕਿਵੇਂ ਭਾਰਤੀ ਫੌਜ ਦੀ ਮਦਦ ਕੀਤੀ ਉਸ ਵੇਲੇ ਕਿਉਂਕਿ ਸੱਚਮੁੱਚ ਉਦੋਂ ਤੱਕ ਇੱਕ ਜਜ਼ਬਾ ਸੀ ਇੱਕ ਜੁੜੇ ਹੋਏ ਸੀ ਲੋਕ ਉਸ ਤਰੀਕੇ ਨਾਲ ਪਰ ਹੁਣ ਤਾਂ ਸਪਸ਼ਟ ਹੋ ਗਿਆ ਸਾਰਾ ਕੁਝ ਕਲੀਅਰ ਹੋ ਗਿਆ ਹੁਣ ਸਾਨੂੰ ਇਸ ਲੜਾਈ ਤੋਂ ਇੱਕ ਪਾਸੇ ਰਹਿਣਾ ਚਾਹੀਦਾ ਹੁਣ ਸਾਨੂੰ ਇਸ ਕੁੱਤੇ ਦੀ ਉਡੀਕ ਕਰਨੀ ਚਾਹੀਦੀ ਹੈ ਜਿਹੜਾ ਕਾਸ਼ ਕਰ ਰਹੀ ਉਧਰੋਂ ਆਉਦਾ ਠੀਕ ਹੈ ਨਾ ਜੀ ਸੋ ਇਹਦੇ ਚ ਸਿੱਖਾਂ ਦੀ ਭਲਾਈ ਹੈ ਇਹਦੇ ਚ ਸਾਨੂੰ ਆਪਣੇ ਮਤਲਬ ਭਲਾਈ ਦਿਸਦੀ ਹੈ ਇਹ ਸਾਨੂੰ ਬਹੁਤ ਧਿਆਨ ਨਾਲ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਕਿ ਕਿਸ ਤਰੀਕੇ ਨਾਲ ਸਾਨੂੰ ਵਿਚਾਰ ਵਟਾਂਦਰਾ ਕਰਨੇ ਚਾਹੀਦੇ ਨੇ ਕਿਵੇਂ ਕਰਨਾ ਚਾਹੀਦਾ ਕਿਉਂਕਿ ਜੇ ਇਹ ਹਾਲਾਤ ਪੈਦਾ ਨਾ ਹੁੰਦੇ ਤਾਂ ਮੈਂ ਕਿਉਂਕਿ ਪੱਤਰਕਾਰੀ ਨਾਲ ਕਾਫੀ ਸਮੇਂ ਤੋਂ ਜੁੜਿਆ ਹੋਇਆ ਮੈਨੂੰ ਲੱਗਦਾ ਵੀ ਅ 20-24 ਸਾਲ ਦਾ ਮੇਰਾ ਤਜਰਬਾ ਹੋ ਹੀ ਗਿਆ ਦਿੱਲੀ ਹੋਰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਨਾਲ ਸੰਪਰਕ ਰਹਿੰਦਾ ਹੀ ਹੈ ਅ ਇਹ ਹਾਲਾਤ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਜਿਵੇਂ ਪੰਜਾਬ ਦੇ ਕਿਸਾਨ ਨੇ ਸਿੱਖ ਕਿਸਾਨ ਨੇ ਉਹ ਸੰਘਰਸ਼ ਕਰ ਰਹੇ ਨੇ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਹੋ ਰਿਹਾ ਭੁਖੜ ਤਾਲਾਂ ਤੇ ਨੇ ਪੂਰਾ ਜਜ਼ਬਾ ਜਿਹੜਾ ਕੌਮ ਦਾ ਉਸ ਪਾਸੇ ਲੱਗਿਆ ਹੋਇਆ ਐਸ ਜਜ਼ਬੇ ਨੂੰ ਤੋੜਨ ਦੇ ਲਈ ਕਿਸਾਨਾਂ ਨੂੰ ਤੋੜਨ ਦੇ ਲਈ ਕੋ ਮੰਤਰੀ ਪੱਤਰ ਦੇ ਉੱਤੇ ਜਿਵੇਂ ਅਮਰੀਕਾ ਤੇ ਕੈਨੇਡਾ ਵੱਲੋਂ ਪੱਛਮੀ ਮੁਲਕਾਂ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਭਾਰਤ ਦੇ ਉੱਤੇ ਦਬਾਅ ਬਣਿਆ ਜਿਵੇਂ ਸਿੱਖਾਂ ਦੇ ਕਤਲ ਸਿੱਖ ਲੀਡਰਾਂ ਦੇ ਫ੍ਰੀडम फाइਟਰਾਂ ਦੇ ਕਤਲ ਕਰਨ ਦੇ ਵਿੱਚ ਉਹਨਾਂ ਦਾ ਹੱਥ ਸਾਬਤ ਹੋ ਗਿਆ ਭਾਰਤ ਦਾ ਤਾਂ ਇਹ ਹੁਣ ਇਸ ਤਰੀਕੇ ਨਾਲ ਇਹਨਾਂ ਨੇ ਵਿਉਂਤਪੰਦੀ ਕੀਤੀ ਸੀ ਕਿ ਸਰਸੇ ਵਾਲਾ ਸਾਧਾ ਜਿਹੜਾ ਉਹਦੇ ਤੇ ਅਟੈਕ ਕਰਵਾਉਣਾ ਸੀ ਇਹ ਗੱਲ ਮੈਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਇਸ ਦਾ ਖੁਲਾਸਾ ਕਰਨ ਲੱਗਾ ਇਹ ਗੁਪਤ ਸਾਜ਼ਿਸ਼ ਸੀ ਭਾਰਤ ਦੇ ਸਰਸੇ ਵਾਲੇ ਸਾਧ ਦੇ ਉੱਤੇ ਹਮਲਾ ਕਰਵਾਉਣਾ ਸੀ ਜਾਂ ਉਹਨੂੰ ਜ਼ਖਮੀ ਕਰਵਾਉਣਾ ਸੀ ਤੇ ਉਹ ਜਿਹੜੀ ਵੈਲ ਆਰਗੇਨਾਈਜ਼ਡ ਪ੍ਰੇਮੀਆ ਦੀ ਇੱਕ ਭੀੜ ਆਰਗੇਨਾਈਜ਼ ਜੇ ਮੈਂ ਉਹਨਾਂ ਨੂੰ ਕਹਾਂਗਾ ਕਿ ਮਿਲਸ਼ੀਆ ਹੀ ਕਹਾਂਗਾ ਉਹਨਾਂ ਨੂੰ ਉਹਨਾਂ ਨੇ ਸਿੱਖਾਂ ਦੇ ਕਤਲ ਕਰਨੇ ਸੀ ਤਕਰੀਬਨ 1 ਲੱਖ ਸਿੱਖਾਂ ਦਾ ਕਤਲ ਕਰਨ ਦੀ ਸਾਜ਼ਿਸ਼ ਸੀ ਵੈਲ ਆਰਗੇਨਾਈਜ਼ਡ ਨੇ ਉਹ ਪਰ ਦੂਜੇ ਪਾਸੇ ਸਿੱਖਾ ਕੋਲ ਹੀਰਾ ਸਿੱਖ ਫੇਰ ਵੀ ਮੂਰਖ ਨੇ ਜੈਨੋਸਾਈਡ ਕੀਤਾ ਸਿੱਖਾਂ ਦਾ ਪਰ ਸਿੱਖਾਂ ਲਈ ਵੀ ਸਮਝ ਨਹੀਂ ਆਰਗੇਨਾਈਜ਼ ਨਹੀਂ ਹੈਗੇ ਸਿੱਖ ਲੀਡਰ ਕੋਈ ਸਿੱਖ ਬਾਬਾ ਸੰਤ ਕਿਸੇ ਸਿੱਖ ਲੀਡਰ ਨੇ ਹੁਣ ਤੱਕ ਕਿਸੇ ਗੁਰਦੁਆਰੇ ਦੇ ਵਿੱਚ ਕਿਸੇ ਪਬਲਿਕ ਮੀਟਿੰਗ ਦੇ ਵਿੱਚ ਸਿੱਖਾਂ ਨੂੰ ਕਿਹਾ ਕਿ ਤੁਸੀਂ ਆਪਣੇ ਡਿਫੈਂਸ ਲਈ ਕੀ ਕਰਨਾ ਜੇ ਕੱਲ ਨੂੰ ਐਦਾਂ ਦੀ ਗੱਲ ਹੋ ਗਈ ਦੂਜੇ ਪਾਸੇ ਤਿਆਰੀ ਹੈ ਸੋ ਆਪੇ ਹੀ ਤੁਸੀਂ ਬੁੱਝ ਲੋ ਜਿਹੜਾ ਸੰਤ ਬਾਬਾ ਜਾਂ ਲੀਡਰ ਸਿੱਖਾਂ ਨੂੰ ਡਿਫੈਂਸ ਦੀ ਤਿਆਰੀ ਕਰਨ ਲਈ ਨਹੀਂ ਕਹਿੰਦਾ ਡਿਫੈਂਸ ਕਰਨ ਲਈ ਨਹੀਂ ਕਹਿੰਦਾ ਉਹ ਫਿਰ ਕਾਂਗਰਸੀ ਆ ਜਾ ਭਾਜ ਪਾਈ ਹੈ ਜਾਂ ਕੇਂਦਰੀ ਸਿਸਟਮ ਦਾ ਹਿੱਸਾ ਟੂਲ ਹੈ ਉਹ ਉਹ ਸਗੋਂ ਸਿੱਖਾਂ ਨੂੰ ਆਰਗੇਨਾਈਜ਼ ਹੋਣ ਤੋਂ ਤੇ ਡਿਫੈਂਸ ਕਰਨ ਤੋਂ ਰੋਕਦੇ ਨੇ ਆਪਣੇ ਆਪਣੇ ਤਰੀਕਿਆਂ ਦੇ ਨਾਲ ਨਹੀਂ ਨਹੀਂ ਐਦਾਂ ਹੋ ਜੂਗਾ ਉਦਾਂ ਹੋ ਜੂਗਾ ਵੱਡੀ ਕਿਰਪਾ ਨਹੀਂ ਰੱਖਣੀ ਜਾਂ ਤਾਂ ਤੁਸੀਂ ਜਿੰਦਾਬਾਦ ਨਹੀਂ ਕਹਿਣਾ ਕਿਤੇ ਤੁਸੀਂ ਬੋਲੇ ਸੋਨੇ ਹਾਲ ਦਾ ਜਕਾਰਾ ਨਹੀਂ ਗਜਾਉਣਾ ਤੁਸੀਂ ਨਿਸ਼ਾਨ ਸਾਹਿਬ ਨਹੀਂ ਲੈ ਕੇ ਹੁਣ ਤੁਸੀਂ ਐਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਸੋ ਉਹ ਗੱਲਾਂ ਆਪਣੇ ਆਪ ਦੇ ਵਿੱਚ ਡੀਕੋਡ ਕਰਦੀਆਂ ਨੇ ਸਾਰਾ ਕੁਝ ਚੌਕਸ ਰਿਹਾ ਕਰੋ ਤੇ ਆਰਗੇਨਾਈਜ਼ ਹੋਵੋ ਆਪਣੇ ਆਪ ਨੂੰ ਡਿਫੈਂਸ ਦੇ ਲਈ ਤਿਆਰ ਕਰੋ ਕਿਸੇ ਤੇ ਹਮਲਾ ਨਾ ਕਰੋ ਧੀਆਂ ਭੈਣਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਪਰ ਇਹ ਜਿਹੜੀ ਸਾਜ਼ਿਸ਼ ਹੈ ਇਹਦੇ ਬਾਰੇ ਵੀ ਮੈਂ ਦੱਸਿਆ ਇਹਦੇ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਅੱਗੇ ਦੱਸਣਾ ਚਾਹੀਦਾ ਇਹ ਰੁਕ ਗਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਡਿਲੇ ਹੋ ਗਈ ਜਾਂ ਰੁਕ ਗਈ ਜਾਂ ਮਤਲਬ ਕੁਝ ਐਦਾਂ ਦਾ ਅਸੀਂ ਦੇਖਦੇ ਆ ਕਿ ਹੀਰਾ ਸਾਡੇ ਹੱਥ ਲੱਗ ਗਿਆ ਕਿ ਕੁੱਤਾ ਇੱਕ ਤਿਆਰ ਬੈਠਾ ਆਉਣ ਲਈ ਤੇ ਉਹਦੇ ਕਰਕੇ ਇਹ ਸਾਜ਼ਿਸ਼ ਰੁਕ ਗਈ ਤੇ ਅਸੀਂ ਆਪਣੇ ਹੀਰੇ ਦਾ ਬੁੱਲ ਕਿਵੇਂ ਵਟਣਾ ਇਹ ਗੱਲ ਧਿਆਨ ਦੇ ਵਿੱਚ ਜਰੂਰ ਰੱਖਣੀ ਤੁਸੀਂ ਬਹੁਤ ਬਹੁਤ ਧੰਨਵਾਦ ਸਾਡਾ ਜਿਹੜਾ ਵੱਖ-ਵੱਖ ਪਲੈਟਫਾਰਮਸ ਨੇ ਸਾਡੇ ਰੋਕੂ ਟੀਵੀ ਤੇ ਐਮਾਜ਼ਨ ਫਾਇਰ ਟੀਵੀ ਤੇ ਐਪਲ ਟੀਵੀ ਦੇ ਉੱਤੇ ਸਾਨੂੰ ਤੁਸੀਂ ਦੇਖ ਸਕਦੇ ਹੋ 24 ਘੰਟੇ ਲਾਈਵ ਤੇ ਇਹਦੇ ਨਾਲ ਹੀ ਤੁਸੀਂ ਸਾਡੀ ਵੈਬਸਾਈਟ ਹੈ ਜਿਹੜੀ www.satsalujnetwork.tv ਦੇ ਉੱਤੇ ਜਾ ਕੇ ਸਾਨੂੰ ਲਾਈਵ ਦੇਖ ਸਕਦੇ ਹੋ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਇਸੇ ਤਰ੍ਹਾਂ ਸਤਲੁਜ ਟੀਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ